ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਤਰਨ ਤਾਰਨ ਵਿਖੇ ਪਹੁੰਚ ਕੇ ਕ੍ਰਾਈਮ ਮੀਟਿੰਗ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਐਸਟੀਐਫ ਮੁਖੀ ਮੁਹੰਮਦ ਮੁਸਤਫਾ, ਆਈਜੀ ਐਸਟੀਐਫ ਈਸ਼ਵਰ ਸਿੰਘ, ਆਈਜੀ ਬਾਰਡਰ ਜ਼ੋਨ ਸੁਰਿੰਦਰਪਾਲ ਸਿੰਘ ਪਰਮਾਰ, ਐਸਐਸਪੀ ਤਰਨ ਤਾਰਨ ਦਰਸ਼ਨ ਸਿੰਘ ਮਾਨ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਪੁਲਿਸ ਅਧਿਕਾਰੀ ਮੌਜੂਦ ਰਹੇ। ਮੀਟਿੰਗ ਦੌਰਾਨ ਅਪਰਾਧਿਕ ਤੱਤਾਂ ਨਾਲ ਨਿਬੜਨ ਲਈ ਵਿਸ਼ੇਸ਼ ਤੌਰ ਤੇ ਵਿਚਾਰ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਅਰੋੜਾ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਪੰਜਾਬ ਪੁਲਿਸ ਅਤੇ ਐਸਟੀਐਫ ਵੱਲੋਂ ਸਾਂਝੇ ਤੌਰ ਤੇ ਅਪਰਾਧਿਕ ਤੱਤਾਂ ਖਿਲਾਫ ਲੜਨ ਦੇ ਹੁਕਮਾਂ ਤਹਿਤ ਹੁਣ ਪੰਜਾਬ ਪੁਲਿਸ ਅਤੇ ਐਸਟੀਐਫ ਸਾਂਝੇ ਤੌਰ ਤੇ ਅਪਰਾਧੀਆਂ ਖਿਲਾਫ ਕਾਰਵਾਈ ਕਰੇਗੀ। ਸਾਡੇ ਸਾਰੇ ਅਰੇਂਜਮੈਂਟਸ ਇਨ ਪਲੇਸ ਹੈਗੇ ਐਂਡ ਵਿਲ ਮੇਨਟੇਨ ਲਾ ਐਂਡ ਆਰਡਰ। ਸਰ ਅੱਜ ਦੀ ਜਿਹੜੀ ਮੀਟਿੰਗ ਕੀਤੀ ਹੈ ਕਿਸ ਸਿਲਸਿਲੇ ਦੇ ਵਿੱਚ ਮੀਟਿੰਗ ਕੀਤੀ ਹੈ, ਮੈਂ ਕੀ ਫੈਸਲੇ ਲਏ? ਦੇਖੋ, ਤੁਸੀਂ ਦੇਖਿਆ ਹੋਣਾ ਕਿ ਵੀ ਪਿੱਛੇ ਸਰਕਾਰ ਦਾ ਫੈਸਲਾ ਸੀਗਾ ਕਿ ਵੀ ਐਸਟੀਐਫ ਐਂਡ ਦਾ ਪੁਲਿਸ ਡਿਪਾਰਟਮੈਂਟ ਯੂ ਨੋ ਦੇ ਵਿਲ ਵਰਕ ਟੂਗੈਦਰ, ਸੋ ਡੀ ਜੀ ਐਸਟੀਐਫ ਇਜ਼ ਵਿਦ ਮੀ। ਸਾਡਾ ਪਰਪਸ ਸੀਗਾ ਕਿ ਵੀ ਜਿਹੜੇ ਸਾਰੇ ਐਸਟੀਐਫ ਦੇ ਅਫਸਰਸ ਹੈਗੇ ਅਤੇ ਜਿਹੜੇ ਸਾਡੇ ਪੁਲਿਸ ਦੇ ਐਸਐਚਓ ਡੀਐਸਪੀ ਹੈਗੇ ਉਹਨਾਂ ਦੀ ਇੱਕ ਮਿਲ ਕੇ ਮੀਟਿੰਗ ਕਰੀਏ ਔਰ ਇੱਕ ਮੈਸੇਜ ਡਾਊਨ ਦਾ ਲਾਈਨ ਤੱਕ ਜਾਵੇ ਕਿ ਵੀ ਇਟ ਇਜ਼ ਵਨ ਟੀਮ, ਇਟ ਇਜ਼ ਵਨ ਸੈਨਰਜੀ, ਇਟ ਇਜ਼ ਵਨ ਪਰਪਸ ਐਂਡ ਵੀ ਆਰ ਗੋਇੰਗ ਟੂ ਮੇਕ ਅ ਡਿਫਰੈਂਸ। ਸੋ ਦੈਟ ਵਾਜ਼ ਇਟ। ਇਸ ਤੋਂ ਉੱਤੇ ਰੈਗੂਲਰਲੀ ਕੰਮ ਹੋ ਰਿਹਾ ਸੀਗਾ। ਇਹ ਕੰਮ ਐਸਾ ਹੈਗਾ ਕਿ ਵੀ ਜੇ ਆਪਾਂ ਕਹੀਏ ਕਿ ਵੀ ਕਹੀਂ ਖੜ ਜੂਗਾ, ਖੜਨਾ ਨਹੀਂ, ਇਸ ਤੋਂ ਅੱਗੇ ਵਧਣਾ ਹੀ ਹੈ। ਫੜੋ ਫੜੀ ਸਾਡੀ ਜਾ ਰਹੀ ਹੈ ਔਰ ਅਸੀਂ ਪ੍ਰੀਵੈਂਟਿਵ ਡਿਟੈਂਸ਼ਨ ਵਾਲੇ ਪਾਸੇ ਵੀ ਜਾਵਾਂਗੇ। ਦੇਖੋ, ਜਦ ਵੀ ਕੋਈ ਸਿੱਖ ਦੀ ਇਨਫੋਰਮੇਸ਼ਨ ਆਉਂਦੀ ਹੈ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ। ਦੇਖੋ, ਤੁਸੀਂ ਜੇ ਹੁਣ ਗੈਂਗਸਟਰ ਦੇ ਪੱਖੋਂ ਚੱਲੋ ਕਿ ਵੀ ਜਿੱਥੇ ਖੜ੍ਹੇ ਸੀ ਅਤੇ ਜਿੱਥੇ ਤੁਸੀਂ ਅੱਜ ਹੋ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਦੇ 'ਚ ਬੜੀ ਇੰਪਰੂਵਮੈਂਟ ਆਈ ਹੈ ਔਰ ਉਹਨਾਂ ਵਾਸਤੇ ਸਾਡਾ ਜਿਹੜਾ ਇੱਕ ਅਸੀਂ ਔਰਗਨਾਈਜ਼ ਕੰਟਰੋਲ ਕ੍ਰਾਈਮ ਯੂਨਿਟ ਬਣਾਇਆ ਹੋਇਆ ਓਕੂ, ਤਾਂ ਉਹ ਚੰਗਾ ਕੰਮ ਕਰ ਰਹੇ ਹੈ ਔਰ ਉਹਨਾਂ ਨੇ ਕਾਫ਼ੀ ਪ੍ਰਾਪਤੀਆਂ ਵੀ ਕੀਤੀਆਂ। ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਦੱਸਿਆ ਕਿ ਪੁਲਿਸ ਵੱਲੋਂ ਨਸ਼ੇ ਦੇ ਤਸਕਰਾਂ ਖਿਲਾਫ ਲਗਾਤਾਰ ਕਾਰਵਾਈ ਜਾਰੀ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਜੇਲ੍ਹਾਂ ਵਿੱਚ ਨਸ਼ੇ ਦੇ ਤਸਕਰੀ ਅਤੇ ਮੋਬਾਈਲ ਫੋਨ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ। ਦੇਖੋ, ਜਿਹੜੇ ਸਰ ਜੇਲ੍ਹ ਦਾ ਦੇ ਵਿੱਚ ਇੱਕ ਇਸ਼ੂ ਹੁੰਦਾ, ਅਗੇਨ ਇਹ ਇੱਕ ਔਨਗੋਇੰਗ ਇਸ਼ੂ ਹੁੰਦਾ, ਇਹ ਨਹੀਂ ਹੁੰਦਾ ਕਿ ਵੀ ਅਸੀਂ ਕਹੀਏ ਕਿ ਜੀ 100% ਖਤਮ ਹੋ ਜਾਂਦਾ, ਲੇਕਿਨ ਅਡੀਸ਼ਨਲ ਡੀ ਜੀ ਪ੍ਰੀਜ਼ਨ ਨਾਲ ਸਾਡੀ ਕੋਆਰਡੀਨੇਸ਼ਨ ਰਹਿੰਦੀ ਹੈ ਔਰ ਜਿੱਥੇ ਵੀ ਸਾਨੂੰ ਪਤਾ ਲੱਗਦਾ ਉੱਥੇ। ਤਰਨ ਤਾਰਨ ਤੋਂ ਡਿੰਪਲ ਗੋਇਲ ਦੀ ਵਿਸ਼ੇਸ਼ ਰਿਪੋਰਟ।